स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल दे वीडियो पहली बार देख रहे हैं उन्होंने रिक्वेस्ट है कि अपने यूट्यूब चैनल जो सबसक्राइब कर लियो। सो अज की वीडियो में आप सूँ दो बड़ा दिखावे, एक ताज़ी सूई हुई जेरे की पिछे भी है बच्चा सामने आ, तो एक हैगा गबण। दोने मन के चलो दुध वाले पीस आ वधिया साफ सुथरे चंगे कद काठल के बॉडी वेट वाली। डिटेल आप वीर तो लैके तुहाडे नाल शेयर करते हैं। आप ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਬੋਲ ਜੀ ਆਪਣਾ। ਨਾਮ ਗੁਰਪ੍ਰੀਤ ਆ ਜੀ, ਪਿੰਡ ਧੌਲਾ ਜੀ, ਜਿਹੜਾ ਬਰਨਾਲਾ ਜੀ। ਮੋਬਾਈਲ ਨੰਬਰ ਆਪਣਾ ਜੀ? ਮੋਬਾਈਲ ਨੰਬਰ ਹੈ 9796790585। ਤੇ ਵੀਰੇ ਜਿਹੜੇ ਪਹਿਲੇ ਨੰਬਰ ਆਪਾਂ ਬੈਠ ਦੇਖਦੇ ਪਏ ਆ ਇਹ। ਹਾਂਜੀ ਹਾਂਜੀ। ਇਹ ਕਿਹੜਾ ਸੂਆ ਵੀਰ? ਸੂਈ ਆ ਇਹ? ਦੂਜਾ ਸੂਆ, ਸੂਈ ਹੈ ਜੀ ਓਰੀਜਨਲ। ਓਰੀਜਨਲ ਦੂਜਾ ਸੂਆ। ਬੱਸੀ ਦਿੱਤੀ ਹੈ ਜੀ ਪੂਰੇ ਟੌਪ ਦੀ। ਬੱਸੀ ਦਿੱਤੀ ਹੈ ਕਿੰਨੇ ਵਜੇ ਸੂਈ ਆ? ਇਹ ਸੂਆ ਸੂਈ ਸੀ 7 ਵਜੇ ਜੇਰ ਪੈ ਗਈ ਜੀ। ਠੀਕ ਹੈ, ਜੇਰ ਇਹਦੀ ਆ ਪਈ ਆ ਵਾਧੂ ਖੁੱਲ ਕੇ ਪੈ ਗਈ ਜਮਾਨ। ਹਾਂਜੀ, ਘੰਟੇ ਬਾਅਦ ਹੀ ਪੈ ਗਈ। ਠੀਕ ਹੈ, ਜੇਰ ਬੱਲੇ ਵਾਲਾ ਮੰਨਦਾ ਬੇਫਿਕਰ ਹੋ ਜੇ ਜਮਾਨ। ਹਾਂਜੀ। ਠੀਕ ਹੈ, ਤੇ ਚਵਾਈ ਚੂਈ ਦੀ ਕਿਵੇਂ ਲੱਗਦੀ ਹੈ ਵੀਰੇ? ਚਵਾਈ ਜਮਾ ਸੋਨੇ ਦੇ ਸੁਹਾਗੇ ਵਰਗੀ ਗੱਲ ਆ ਜਮਾ ਇਹਦੀ। ਤੇ ਅਨੁਮਾਨ ਲਾਈਏ ਆਪਾਂ ਇਹ ਤੋਂ ਵੀ ਦੁੱਧ ਕਿੰਨਾ ਕੁ ਪਾ ਸਕਦੀ ਹੈ ਇਹ? ਉਹ 23-24 ਕਿਲੋ ਦਾ ਖੁੱਲਾ ਢੋਲਾ ਜੂ ਜੀ। ਕਿੰਨਾ ਕੁ ਬੋਲਾ ਚੋਤਾ ਆਪਾਂ ਇਹਦਾ? ਇਹਦਾ 6-7 ਕਿਲੋ ਚੋਤਾ ਜੀ। ਬੱਚਾ ਵੀਰ ਜਾਂ ਤਾਂ ਤੇ 6-7 ਕਿਲੋ ਆਪਾਂ ਬੋਲਾ ਚੋਤਾ ਇਹਦਾ, ਤੇ ਮੰਨ ਕੇ ਚੱਲੇ ਵੀ 24-25 ਕਿਲੋ ਦੁੱਧ ਦੇ ਨਾਲ ਹੀ ਬੈਠ ਹੈਗੀ ਆ। ਹਾਂਜੀ ਹਾਂਜੀ। ਠੀਕ ਹੈ, ਸੋ ਕੱਦ ਕਾਠ ਦੇਖੋ ਤੇ ਪ੍ਰਿੰਟ ਪੂੰਟ ਦੇਖੋ, ਬੱਚੀ ਦੇ ਬਹੁਤ ਚੰਗੇ ਵਜਨ ਬਹੁਤ ਆ ਜੀ ਗਾਂ ਚ, ਐ ਲੱਸੀ ਨਹੀਂ ਹੈਗੀ ਵੀ ਦੁੱਧ ਨਹੀਂ ਕੱਢੂਗੀ ਜੀ। ਠੀਕ ਹੈ, ਸੋ ਵਜਨ ਬਹੁਤ ਚੰਗਾ ਤੇ ਬਾਕੀ ਬੱਚੀ ਦੇਖੋ ਬਹੁਤ ਪਿਆਰੀ ਹੈ। ਬੱਚੀ ਦੀ ਗਰੋਥ 50-55 ਕਿਲੋ ਦੀ ਬੱਸੀ ਆ ਜੀ ਹੁਣ। ਬਹੁਤ ਭਾਰੀ ਬੱਚੀ ਦਿੱਤੀ ਹੈ ਨਾ, ਮੰਨ ਕੇ ਚੱਲੇ ਸਾੜ ਦੇ ਤਿਆਰ ਹੋਣ ਵਾਲੀ ਚੀਜ਼ ਆ ਮਗਰ ਨਾਲ। ਸੋ ਟੌਪ ਦੀ ਬੱਸੀ ਆ ਜੀ ਦੇਖੋ। ਸੋ ਦੇਖੋ ਟੌਪ ਕਲਾਸ ਪਿੱਛੇ ਤੇ ਬੱਚੀ ਹੈਗੀ। ਇਹ ਢਿੱਲੋ ਜਰਸੀ ਦੇ ਵਿੱਚ ਐਰ ਸ਼ਹਿਰ ਦਾ ਮੇਲ ਆਉਗਾ। ਠੀਕ ਹੈ, ਜਰਸੀ ਦੇ ਵਿੱਚ ਕੁਸਕ ਕ੍ਰਿਕਟਰ ਆ ਗਏ ਐਰ ਸ਼ਹਿਰ ਵਾਲੇ ਹੈ ਨਾ। ਐਰ ਸ਼ਹਿਰ ਵਾਲੇ। ਤੇ ਬਾਕੀ ਆਪਾਂ ਹਵਾਨੇ ਤੇ ਨਾੜਾ ਵਗੈਰਾ ਦੇਖੀਏ ਇਹਦੇ। ਨਾੜਾ ਬਹੁਤ ਵਧੀਆ ਹੈ ਜੀ ਦੇਖੋ। ਮਿਲਕ ਮੇਨ ਵਗੈਰਾ ਬਹੁਤ ਚੰਗੀ ਹੈ ਹੈ ਨਾ, ਪੂਰੇ ਕੱਦ ਕਾਠ ਦੇ ਵਿੱਚ ਪੈਂਦੀ ਆ। 25-26 ਕਿਲੋ ਦੇ ਸਕਦੇ ਆ ਜੀ, ਪਰ ਆਪਾਂ 22-23 ਕਹਿ ਕੇ ਵੇਚਾਂਗੇ। ਠੀਕ ਹੈ, ਮੰਨ ਕੇ ਚੱਲੋ ਵੀ 2 ਲੀਟਰ ਘੱਟ ਹੀ ਦੱਸੀਏ ਜੀ। 22-23 ਕਿਲੋ ਤਾਂ ਆਰਾਮ ਨਾਲ ਦੇ ਦੂ, ਕਿਉਂ ਬੋਲਾ ਬੋਲਾ ਚੰਗਾ ਚੋਇਆ ਇਹਦਾ ਹੈ ਨਾ। ਠੀਕ ਹੈ, ਤੇ ਮੁੱਲ ਬਾੜੀ ਇਹਦਾ ਕੀ ਰੱਖਿਆ ਆਪਾਂ? ਮੁੱਲ ਬਾੜੀ 70,000 ਰੁਪਏ ਜੀ। ਮਣੀ ਮੁੱਟ ਕੇ ਜਾਇਆ ਸੋ ਜੂਗੀ? ਹਾਂ, ਮਾਨਦਾਨ ਕਰ ਦਾਂਗੇ। ਸੋ ਵੀਰੋ 77,000 ਦੇ ਵਿੱਚੋਂ ਵੀਰ ਕਹਿੰਦੇ ਮਾਨਤਾਨ ਕਰ ਦਾਂਗੇ। ਸੋ ਵੀਰੋ ਕੱਦ ਕਾਠ ਦੇਖੋ, ਬਾਡੀ ਵੇਟ ਵਗੈਰਾ, ਅੱਗੇ ਪਿੱਛੇ ਦਾ ਲੇਵਾ ਬਿਲਕੁਲ ਲੇਵਾ, ਢੋਲਕੀ ਵਰਗਾ ਲਈ ਫਿਰਦੀ ਆ। ਤੇ ਟੁੱਟਮਾ ਲੇਵਾ ਨਹੀਂ ਹੈਗਾ, ਢਿੱਲੋ ਦਾ ਸਟਿਚ ਲੇਵਾ ਜਮਾ। ਠੀਕ ਹੈ, ਪੂਰੇ ਸਾਫ਼ ਸੁਥਰੇ ਕੰਨ ਦੇਖੋ, ਨਿੱਕਾ ਨਿੱਕਾ ਜਰਸੀ 'ਚ ਬੈੜ ਆ ਗਈ ਇਹ, ਥੋੜ੍ਹਾ ਜਿਹਾ ਵਿੱਚ ਐਰ ਸ਼ੈਰ ਦਾ ਮੇਲ ਹੈਗਾ ਇਹਦੇ ਨਾਲ। ਸੋ ਦੇਖੋ ਲੇਵਾ ਦੇਖੋ, ਬਹੁਤ ਸੋਹਣਾ ਕਰਮਲ ਦਾ ਫਿਟਿੰਗ ਵਾਲਾ ਸਪਰਿੰਗ ਲੈ। ਚਲੋ ਕੋਈ ਗੱਲ, 10 ਸਾਲ ਨਹੀਂ ਬੁੜੀ ਹੁੰਦੀ ਜੀ, 10 ਸਾਲ ਰੱਖ ਜਵਾਨੀ 'ਚ ਰਹਿਣ ਵਾਲੀ ਬੈੜ ਆ ਗਈ ਜਮਾ। ਠੀਕ ਹੈ, ਪੈਰਾਂ ਪੂਰਾਂ ਦੀ ਬਹੁਤ ਮਜ਼ਬੂਤ ਆ। ਸੋਹਾ ਦੇਖੋ ਜਮਾ, ਬਾਕੀ ਥਾਣ ਸੋਹਣਾ ਮੁੱਠੀ ਵਾਲਾ ਚਵਾਈ ਵਾਲਾ ਥਾਣ ਲੱਗਿਆ। ਸੋ ਦੇਖੋ ਕੋਈ ਲੇਵਾ ਟੁੱਟਵਾਂ ਫੁੱਟ ਮਣੀ ਇਹਦਾ, ਤੇ ਕੱਦ ਕੱਢ ਬਹੁਤ ਆ, ਤੇ ਪੂਰੇ ਵਜਨ ਵਾਲੀ ਬੈੜ ਆ। 77,000 ਰੁਪਏ ਵੀਰ ਨੇ ਇਹਦਾ ਭਾਅ ਕੀਤਾ ਹੈਗਾ, ਮੁੱਠੀ ਦਾ ਥਾਣ ਲੱਗਿਆ ਜੀ। ਠੀਕ ਹੈ, ਬੈੜ ਪੂਰੀ 4 ਸਪੇਰੋ ਦੇਖੀ ਆਪਾਂ, ਗੋਲ ਮਡੋਲ ਪਈ ਆ ਜਮਾ। ਤੇ ਸੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਧਾਰਾਂ ਮਾਰ ਕੇ ਦਿਖਾਵਾਂਗੇ। ਕੋਈ ਨਿਆਣਾ ਵਗੈਰਾ ਨਹੀਂ ਪਾਇਆ ਇਹਦੇ ਮਗਰ ਆਪਾਂ। ਸੋ ਦੇਖੋ ਉਹਰੇ ਨੂੰ ਕਰਦੀ, ਮੱਸੀ ਮੋਟਰ ਆ ਜੀ, ਮੱਸੀ ਉਹਰੇ ਨੂੰ ਕਰਦੀ ਮਾੜੇ ਇੱਧਰ ਮਗਰ ਥਾਂ ਹੈ। ਸੋ ਦੇਖੋ ਚਵਾਈ ਵਗੈਰਾ ਜਮਾ, ਮੱਸੀ ਮੋਟਰ ਆ ਜਮਾ, ਇਹ ਜਮਾ ਸਵਰਸੀਬਲ। ਸੋ ਧਾਰਾਂ ਦੇਖੋ, ਬਹੁਤ ਮੋਟੀਆਂ ਮੋਟੀਆਂ ਧਾਰਾਂ, ਟਾਂਗਾ ਵਰਗੀ ਚੋਆ ਜੀ, ਮਗਰ ਥਣਾ ਜੀ ਮਾਰਦੇ। ਮੰਨ ਕੇ ਚੱਲ ਕੋਈ ਮੁਕਦੀ ਚੋਕਦੀ ਵਾਲਾ ਕੰਮ ਹੀ ਨਹੀਂ ਕੋਈ ਹੈ ਨਾ। ਸੋ ਦੇਖੋ ਮੈਂ ਘੱਟੋ ਘੱਟ ਮੰਨ ਕੇ ਚੱਲੋ ਵੀ ਇਹ ਤੋਹਫਾ ਹੀ ਹੈ ਜੀ, ਇੱਕ ਤਰ੍ਹਾਂ ਦਾ ਗਰਮੀ ਦਾ। 6-7 ਫੁੱਟ ਦੂਰੀ ਤੇ ਬੈਠਾ, ਠੰਡੀ ਸੀ ਲਾ ਜੀ ਦੋ, ਤੇ ਸਿੱਟੇ ਹੱਥਾਂ ਦੇ ਉੱਪਰ ਪਈ ਜਾਂਦੇ ਦੇਖ ਸਕਦੇ ਹੋ। ਜਵਾਬ ਚੋਲੇ ਜੀ ਤਾਂ ਵੀ ਨਹੀਂ। ਠੀਕ ਹੈ ਜੀ, ਕੋਈ ਨਿਆਣਾ ਪਾਉਣਾ ਪਾ ਲਓ, ਨਹੀਂ ਪਾਉਣ ਦੀ ਲੋੜ ਨਹੀਂ। ਠੀਕ ਹੈ, 77,000 ਭਾ ਤੇ 22-23 ਕਿਲੋ ਦੁੱਧ ਆਰਾਮ ਨਾਲ ਦੇਣ ਵਾਲੀ ਬੈੜ ਆ, ਚੰਗੀ ਸੇਵਾ ਕਰ ਲਓ ਦਾ ਜੀ। ਹੈ ਜੀ ਇਹ 24-25 ਕਿਲੋ ਦੁੱਧ, ਲੇਕਿਨ 20 ਕਿਲੋ ਤੋਂ ਵਾਰ ਵਾਰ ਆਰਾਮ ਨਾਲ ਪੋਲੇ ਹੱਥ ਨਾਲ ਦੁੱਧ ਦੇਣਾ ਜਮਾ, ਚਿੱਟਾ ਦੇਣਾ ਪਾ ਕੇ ਦੁੱਧ ਦਊ। ਜੇ ਫੀਡ ਵਗੈਰਾ ਪਾਵਾਂਗੇ ਚੰਗੀ, ਆਪਾਂ ਗੌਰ ਵਗੈਰਾ ਰੱਖਾਂਗੇ ਤਾਂ 24-25 ਕਿਲੋ ਦੁੱਧ ਵੀ ਦੇ ਦੂਗੀ। ਪਰ ਤੁਸੀਂ ਬੇਸ਼ੱਕ 21-22 ਮੰਨ ਕੇ ਲੈ ਲਿਓ ਭਾਅ, 77,000 ਪਿੱਛੇ ਬੱਚੀ ਆ, ਜੇਰ ਇਹਦੀ ਆਪ ਹੀ ਆ, ਪ੍ਰੋਪਰ ਲਾਟੂ ਲੜ ਕੰਪਲੀਟ ਆ ਜਮਾ। 77,000 'ਚ ਵੀ ਰੁਮਾਨਦਾਨ ਕਰ ਦੂ, ਥਾਣ ਬਹੁਤ ਸੋਹਣਾ ਹੱਥੀ 'ਚ ਵਜੇ ਜਿਹੜਾ, ਦੋਨੇ ਪਾਸੇ ਬਹਿ ਕੇ ਚੋਣ ਵਾਲੀ ਵਿਹੜ ਆ ਜਮਾ ਇਹ। ਤੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਜਰਸੀ ਕ੍ਰੋਸ ਦੇਖੀ ਜਾਂਦੇ ਆ ਇਹ, ਹੈ ਨਾ, ਇਹ ਕਿਹੜਾ ਸੂਆ ਸੁਣਦੀ ਹੈ ਜੀ? ਦੂਜਾ ਸੂਆ ਸੂਗੀ, 6 ਦਾਂਦਾ ਮੂੰਹ ਓਰੀਜਨਲ ਦੂਜਾ ਸੂਆ, ਤੇ ਬਾਕੀ ਥੱਲੋ ਚੌੜੀ ਝੂੜੀ ਬਹੁਤ ਵੀ ਹੈ ਝੋਲੀ ਦੀ, ਹੈ ਨਾ। ਇੱਕ ਹਫ਼ਤਾ ਕੱਢਦੇ ਆ ਦੇਖੋ, ਇੱਕ ਹਫ਼ਤਾ ਬਾਕੀ ਆ, ਚਾਹੇ ਮੰਨ ਜਮਾ ਇੱਟ ਵਰਗਾ ਦੂਜੀ। ਠੀਕ ਹੈ, ਲੇਵੇ ਢੱਲੇ ਦੀ ਇੰਨੀ ਪਈ ਮੰਨ ਕੇ ਚੱਲੋ, ਤੇ ਜਿਵੇਂ ਆਪਾਂ ਪਤਲੇ ਬੰਦੇ ਦੇ ਖੁੱਲੀ ਟੀ ਸ਼ਰਟ ਪਾਈ ਹੁੰਦੀ ਆ, ਉਹ ਤਰ੍ਹਾਂ ਦੀ ਢਿੱਲ ਪਈ ਆ ਥੱਲੇ ਹਲੇ, ਠੰਡੀ ਸੀ ਲੈਣੀ ਆ ਜਾਂ ਐਂ ਸਾਨੂੰ ਖਿੱਚੀ ਹੋ ਕੋਈ ਬੈਠ ਨਹੀਂ। ਠੀਕ ਹੈ, ਕਿੰਨਾ ਕੁ ਅਨੁਮਾਨ ਆਪਾਂ ਦੁੱਧ ਵਾਲਾ ਵੱਧ ਤੋਂ ਵੱਧ ਹੀ ਪਾ ਦੂਗੀ? 24-25 ਕਿਲੋ ਦਾ ਖੁੱਲਾ ਡੁੱਲਾ ਹੀ ਦੇ ਦੂਗੀ। 24-25 ਕਿਲੋ ਦੁੱਧ, ਤੇ ਦਊਗੀ ਵੀ ਫੈਟ ਵਾਲਾ ਦੁੱਧ, ਹੈ ਨਾ। ਫੈਟ ਵਾਲਾ ਦੁੱਧ ਦੂਗੀ ਹਾਂ। ਤੇ ਇਹਦਾ ਫਿਰ ਮੁੱਲ ਕੀ ਕਰਨਾ ਆਪਾਂ ਕੱਚੀ ਅਜੇ? ਇਹਦਾ ਮੁੱਲ ਵੀ ਬਸ ਅੱਜ ਦਾ ਮੁੱਲ ਹੀ 67,000 ਰੁਪਏ ਕਰ ਦਾਂਗੇ। 67,000? ਹਾਂਜੀ।
ਸੋਬਰ 67,000 ਅੱਜ ਦਾ ਭਾਗ ਆ 65 ਦੀ ਦੇ ਦਾਂਗੇ 65,000 ਦੀ ਵੀਰ ਕਿਨਾ ਦੇ ਦਾਂਗੇ ਤੇ ਥੱਲੇ ਮਿਲਕਮੈਨ ਦੇਖੋ ਜਮਾ ਰੱਸੇ ਵਰਗੀ ਹੋਈ ਅੰਡਰਗਰਾਉਂਡ ਜਿਹੜੀ ਮੋਟੀ ਪੈਪ ਗਰਾਉਂਡ ਜਾਂਦੀ ਪਈ ਹੈ ਜਮਾ ਸੋ ਦੇਖੋ ਚਮਕ ਚਮਕ ਬਹੁਤ ਆ ਬੈਡ ਚ ਬਾਕੀ ਇਹ ਹਵਾਨੇ ਤੇ ਨਾੜਾ ਤੁਹਾਨੂੰ ਬੜਾ ਚੀਜ਼ ਦਿਖਾਈ ਦਿੰਦੀਆਂ ਹੋਣਗੀਆਂ 24-25 ਕਿਲੋ ਦੁੱਧ ਤੇ ਬਾਕੀ ਚਮੜੀ ਦੇਖੋ ਜੀ ਬਿਲਕੁਲ ਕਾਗਜ਼ ਵਰਗੀ ਚਮੜੀ ਬਹੁਤ ਤਗੜੀ ਪਤਲੀ ਚਮੜੀ ਦੀ 65,000 ਜਿਹਾ ਤੁਹਾਨੂੰ ਮਿਲਣੀ ਆ ਤੇ ਹੈ ਸਾਫ ਸੁਥਰੀ 65,000 ਦਾ ਭਾਅ ਲਾਓਗੇ ਤੇ ਮੰਨ ਕੇ ਚੱਲੋ ਦੋ ਬਾਲਟੀਆਂ ਰੱਖ ਕੇ ਚੋਵੋਂਗੇ ਇੱਕ ਬਾਲਟੀ ਵਾਲਾ ਤਾਂ ਕੰਮ ਨਹੀਂ ਦੁੱਧ ਚੰਗਾ ਦੋ ਕਰਮ ਵਾਲੀ ਸਹੀ ਸਲਾਮ ਤੇ ਵਧੀਆ ਸੂਪੀ ਬੱਚਾ ਦੇ ਦੇਣੇ ਦੁੱਧ ਇਹਨਾਂ ਦੇ ਬਹਾਦੂ ਕੱਦ ਕੁੱਦ ਬਹੁਤ ਚੰਗਾ ਝੋਲੀ ਬਹੁਤ ਚੰਗੀ ਮੈਨੂੰ ਬਹੁਤ ਪਸੰਦ ਆਉਂਦੀ ਪਈ ਹੈ ਵਿਹੜਾ ਜਿਹਾ ਪੂਰੀ ਸਾਫ ਸੁਥਰੀ ਝੋਲੀ ਦੇਖ ਕੇ ਅੰਦਾਜ਼ਾ ਹੁੰਦਾ ਤੇ ਕਹਿ ਕੇ ਦਿਨ ਮੱਲਾ ਅਡਮਾਨ ਆਪਾਂ ਨੂੰ ਤਾਂ ਲੈ ਜੂਗੀ ਹਫ਼ਤੇ ਨੂੰ ਬਹੁਤ ਤਕੜੀ ਸੋ ਇੱਕ ਹਫ਼ਤਾ ਕਰਮ ਵਾਲੀ ਸਹੀ ਕੱਢ ਗਈ ਤੇ ਥੱਲੇ ਮੰਨ ਕੇ ਚਲੋ ਕਿਆ ਬਾਤ ਆ ਬਹੁਤ ਸੋਹਣੀ ਬਣੂ ਥੱਲੇ ਚਾਰ ਵਾਲੀ ਗਾਂਢੀ ਬਣ ਜਾਣੇ ਥੱਲੋ ਦੇਣੇ 65,000 ਰੁਪਏ ਸਰਫੇ ਦਾ ਭਾਗ ਆ ਸੋ 97,796,051 ਵੀਰ ਦਾ ਨੰਬਰ ਆ ਦੋ ਪਸ਼ੂ ਦਿਖਾਇਆ ਤੇ ਦੋਨੇ ਦੁੱਧ ਵਾਲੇ ਪਸ਼ੂ ਦਿਖਾਏ ਆ ਸੋ ਇੱਕ ਜਦੋਂ ਵੀਰ ਕਹਿੰਦੇ 65,000 ਦਾ ਵਿਹੜ ਦਾ ਭਾਅ ਜਾ ਵੜਦਾ ਤਾਂ ਫਿਰ 20 ਕਿਲੋ ਤੋਂ ਬਾਹਰ ਦੁੱਧ 65,000 ਵਾਲੀ ਜਾ ਕੇ ਕੱਢਦੀ ਆ ਦੋ ਦਿਖਾ ਦੇ ਇੱਕ ਸੂਈ ਵੀ ਤੇ ਇੱਕ ਗੱਬਣ ਜਵਾਨੀ ਚ ਨੇ ਜੀ ਵਿਹੜਾ ਠੀਕ ਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ